ਭਾਗ 3 ਨਿਬੰਧਾਤਮਕ ਪ੍ਰਸ਼ਨ 19ਵਾਂ ਪ੍ਰਸ਼ਨ ਸਾਬਨ ਦਾ ਨਿੱਜੀ ਸਫਾਈ ਵਿੱਚ ਕੀ ਮਹੱਤਵ ਹੈ ਹਾਂਜੀ ਇਸ ਦਾ ਉੱਤਰ ਹੈ ਜੀ ਸਾਡੇ ਸਰੀਰ ਦੀ ਚਮੜੀ ਦੇ ਥੱਲੇ ਤੇਲ ਦੀਆਂ ਗ੍ਰੰਥੀਆਂ ਹੁੰਦੀਆਂ ਹਨ ਜਿਨ੍ਹਾਂ ਵਿੱਚੋਂ ਤੇਲ ਨਿਕਲ ਕੇ ਚਮੜੀ ਤੇ ਆਉਂਦਾ ਰਹਿੰਦਾ ਹੈ ਉਪਰਲੀ ਚਮੜੀ ਦੇ ਤੰਤੂ ਵੀ ਟੁੱਟਦੇ ਰਹਿੰਦੇ ਹਨ ਜੋ ਕਿ ਜੋ ਕਿ ਤੇਲ ਦੇ ਕਾਰਨ ਚਮੜੀ ਨਾਲ ਹੀ ਚਿਪਕੇ ਰਹਿੰਦੇ ਹਨ ਵਾਤਾਵਰਣ ਤੋਂ ਉੱਡ ਕੇ ਮਿੱਟੀ ਅਤੇ ਕੱਪੜਿਆਂ ਦੀ ਬੂਰ ਵੀ ਚਮੜੀ ਨਾਲ ਲੱਗ ਜਾਂਦੀ ਹੈ ਗਰਮੀਆਂ ਵਿੱਚ ਸਰੀਰ ਤੇ ਪਸੀਨਾ ਵੀ ਆਉਂਦਾ ਆਉਂਦਾ ਹੈ ਜੇਕਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਰੀਰ ਜੇਕਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਰੀਰ ਤੋਂ ਨਾ ਉਤਾਰਿਆ ਜਾਏ ਤਾਂ ਚਮੜੀ ਨਾਲ ਹੀ ਚਿਪਕੀਆਂ ਚਿਪਕੀਆਂ ਰਹਿਣ ਗਿਆ ਤੇ ਇਹਨਾਂ ਵਿੱਚ ਬੈਕਟੀਰੀਆ ਪਲਣਗੇ ਇਸ ਨਾਲ ਨਾ ਸਿਰਫ ਸਰੀਰ ਵਿੱਚੋਂ ਬੱਦੂ ਆਉਣ ਲੱਗ ਜਾਂਦੀ ਹੈ ਬਲਕਿ ਕਈ ਤਰ੍ਹਾਂ ਦੀਆਂ ਚਮੜੀ ਦੀਆਂ ਬਿਮਾਰੀਆਂ ਵੀ ਲੱਗ ਜਾਂਦੀਆਂ ਹਨ ਇਹਨਾਂ ਨੂੰ ਸਿਰਫ ਪਾਣੀ ਨਾਲ ਨਹੀਂ ਉਤਾਰਿਆ ਜਾ ਸਕਦਾ ਪਰ ਸਾਬਣ ਮਲਨ ਪਰ ਸਾਬਣ ਮਲਣਾ ਨਾਲ ਚਿਕਨਾਈ ਪਾਣੀ ਵਿੱਚ ਘੁਲ ਜਾਂਦੀ ਹੈ ਅਤੇ ਫਿਰ ਮੈਲ ਵੀ ਪਾਣੀ ਨਾਲ ਉਤਰ ਜਾਂਦੀ ਹੈ ਸਾਰੇ ਸਰੀਰ ਤੇ ਸਾਬਣ ਮਲਣ ਨਾਲ ਥੋੜੀ ਮਾਲਿਸ਼ ਵੀ ਹੁੰਦੀ ਹੈ ਜਿਸ ਨਾਲ ਚਮੜੀ ਜਿਸ ਨਾਲ ਚਮੜੀ ਉਤੇਜਿਤ ਉਤੇਜਿਤ ਹੁੰਦੀ ਹੈ ਨਹਾਉਣ ਲਈ ਹਮੇਸ਼ਾ ਨਰਮ ਸਾਬਣ ਦੀ ਵਰਤੋਂ ਕਰਨੀ ਚਾਹੀਦੀ ਹੈ ਨਹਾਉਣ ਲਈ ਹਮੇਸ਼ਾ ਨਰਮ ਸਾਬਣ ਦੀ ਵਰਤੋਂ ਕਰਨੀ ਚਾਹੀਦੀ ਹੈ ਇਸੀ ਪ੍ਰਸ਼ਨ ਦੇ ਨਾਲ ਜਾਂ ਦੇ ਵਿੱਚ ਯਾਨੀ ਕਿ ਆਪਸ਼ਨ ਦੇ ਵਿੱਚ ਸਾਡੇ ਕੋਲ ਦੂਜਾ ਸਵਾਲ ਸੀ ਭੋਜਨ ਖਰਾਬ ਹੋਣ ਦੇ ਕੀ ਕਾਰਨ ਹਨ ਭੋਜਨ ਖਰਾਬ ਹੋਣ ਦੇ ਕੀ ਕਾਰਨ ਹਨ ਹਾਂਜੀ ਇਸ ਦਾ ਉੱਤਰ ਜੋ ਹੈ ਇਹ ਅਸੀਂ ਨੋਟ ਡਾਊਨ ਕਰ ਸਕਦੇ ਹਾਂ ਉਹਨਾਂ ਨੇ ਸਾਢੇ ਕੋਲ ਪ੍ਰਸ਼ਨ ਪੁੱਛਿਆ ਸੀ ਵੀ ਭੋਜਨ ਖਰਾਬ ਹੋਣ ਦੇ ਕੀ ਕਾਰਨ ਨੇ ਤਾਂ ਤਿੰਨ ਜੋ ਮੁੱਖ ਜੋ ਕਾਰਨ ਨੇ ਉਹ ਉਹਨਾਂ ਦੇ ਵਿੱਚੋਂ ਪਹਿਲਾ ਹੈ ਸੁਖਮ ਜੀਵ ਜੀਵਾਣੂ ਉਲੀ ਅਤੇ ਖਮੀਰ ਦੂਜਾ ਹੈ ਅਵਯਵ ਤੀਜਾ ਹੈ ਭੋਜਨ ਦੇ ਅੰਸ਼ ਹੁਣ ਅਸੀਂ ਇਹਨਾਂ ਤਿੰਨਾਂ ਨੂੰ ਜੋ ਹੈ ਵਾਰੀ-ਵਾਰੀ ਜੋ ਹੈ ਡਿਸਕਸ ਕਰਾਂਗੇ ਹਾਂਜੀ ਜੀਵਾਣੂ ਇਹ ਮੀਟ ਅੰਡੇ ਮੱਛੀ ਅਤੇ ਦੁੱਧ ਨੂੰ ਖਰਾਬ ਕਰ ਦਿੰਦੇ ਹਨ ਉੱਲੀ ਇਹ ਗਰਮ ਅਤੇ ਨਮੀ ਵਾਲੇ ਮੌਸਮ ਵਿੱਚ ਮੁਰੱਬੇ ਆਤੇ ਪੂਰੀ ਜਹੀ ਗੁੰਦਾਰ ਤਹ ਬਣਾ ਦਿੰਦੀ ਹੈ ਕਮੀਰ ਇਹ ਸ਼ੱਕਰ ਵਾਲੇ ਪਦਾਰਥਾਂ ਨੂੰ ਖਰਾਬ ਕਰ ਕਰਦੇ ਹਨ ਅਵਯਵ ਸੁਖਮ ਜੀਵਾ ਦੇ ਨਾਲ ਨਾਲ ਅਵਯਵ ਸੁਖਮ ਜੀਵਾ ਦੇ ਨਾਲ ਨਾਲ ਇਹ ਸਬਜ਼ੀਆਂ ਫਲਾ ਅਤੇ ਹੋਰ ਭੋਜਨ ਪਦਾਰਥਾਂ ਨੂੰ ਸਾੜ ਦਿੰਦੇ ਹਨ ਭੋਜਨ ਦੇ ਅੰਸ਼ ਕਈ ਹਾਲਤਾਂ ਵਿੱਚ ਭੋਜਨ ਦੇ ਅੰਸ਼ ਕਈ ਹਾਲਤਾਂ ਵਿੱਚ ਫਲਾਂ ਤੇ ਸਬਜ਼ੀਆਂ ਦੀ ਰਸਾਇਣਿਕ ਰਸਨਾ ਵੀ ਉਨਾ ਵਿੱਚ ਸੜਨ ਦਾ ਕਾਰਨ ਬੰਦੀ ਹੈ ਹਾਂਜੀ ਵੀਵਾ ਪ੍ਰਸ਼ਨ ਹੈ ਜੀ ਖਾਣਾ ਪਰੋਸਣ ਸਮੇਂ ਕਿਨਾ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ ਹਾਂਜੀ ਇਸ ਦਾ ਉੱਤਰ ਹੈ ਜੀ ਖਾਣਾ ਪਰੋਸਣ ਸਮੇਂ ਇਹ ਲਿਖੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਨੰਬਰ 1 ਸਵਾਣੀ ਜਾਂ ਖਾਣਾ ਪਰੋਸਣ ਵਾਲੇ ਵਿਅਕਤੀ ਦਾ ਸਰੀਰ ਸਾਫ਼ ਅਤੇ ਕੱਪੜੇ ਸਾਫ਼ ਸੁਥਰੇ ਹੋਣੇ ਚਾਹੀਦੇ ਹਨ ਸਫੇਦ ਜਾਂ ਹਲਕੇ ਰੰਗ ਦੇ ਕੱਪੜੇ ਹੋਣ ਤਾਂ ਜ਼ਿਆਦਾ ਠੀਕ ਰਹਿੰਦਾ ਹੈ ਨੰਬਰ 2 ਜੇ ਸਵਾਣੀ ਖਾਣਾ ਪਰ ਉਸੇ ਤਾਂ ਉਸ ਨੂੰ ਆਪਣੇ ਵਾਲ ਚੰਗੀ ਤਰ੍ਹਾਂ ਬੰਨ ਲੈਣੇ ਚਾਹੀਦੇ ਹਨ ਜਿਸ ਨਾਲ ਵਾਰ-ਵਾਰ ਵਾਲਾਂ ਨੂੰ ਛੂਣਾ ਨਾ ਪਵੇ ਪੱਲਾ ਜਾਂ ਦੁਪੱਟਾ ਉਚਿਤ ਸਥਿਤੀ ਵਿੱਚ ਰੱਖਣਾ ਚਾਹੀਦਾ ਹੈ ਤਾਂ ਜੋ ਉਹ ਲਟਕੇ ਨਾ ਨੰਬਰ 3 ਬਰਤਨ ਸਾਫ਼ ਬੇਦਾਗ ਅਤੇ ਚਮਕਦੇ ਹੋਣੇ ਚਾਹੀਦੇ ਹਨ ਨੰਬਰ 4 ਕੋਲੀਆਂ ਅਤੇ ਪਲੇਟਾਂ ਖਾਣੇ ਦੇ ਸਮੇਂ ਪੂਰੀਆਂ ਪੂਰੀਆਂ ਨਹੀਂ ਵਰਨਿਆ ਚਾਹੀਦੀਆਂ ਹਨ ਥੋੜੀਆਂ ਖਾਲੀ ਹੀ ਰਹਿਣ ਦੇਣੀਆਂ ਚਾਹੀਦੀਆਂ ਹਨ ਨੰਬਰ 5 ਭੋਜਨ ਪਰੋਸਦੇ ਸਮੇਂ ਮੇਜ਼ ਜਾਂ ਫਰਸ਼ ਤੇ ਨਾ ਡਿੱਗੇ ਅਤੇ ਨਾ ਹੀ ਬਰਤਨਾਂ ਦੇ ਕਿਨਾਰਿਆਂ ਤੇ ਡਿੱਗੇ ਇਸ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਨੰਬਰ 6 ਖਾਣਾ ਖਵਾਉਂਦੇ ਸਮੇਂ ਹਰ ਇੱਕ ਮੈਂਬਰ ਵੱਲ ਧਿਆਨ ਰੱਖਣਾ ਚਾਹੀਦਾ ਹੈ ਨੰਬਰ 7 ਭੋਜਨ ਕਰਨ ਵਾਲੇ ਦੀ ਰੁਚੀ ਦਾ ਧਿਆਨ ਰੱਖਣਾ ਚਾਹੀਦਾ ਹੈ ਹਾਂਜੀ ਇਸੀ ਵਿਵਿਅ ਪ੍ਰਸ਼ਨ ਦੇ ਵਿੱਚ ਜਾਂ ਦੇ ਵਿੱਚ ਸਾਨੂੰ ਜੋ ਹੈ ਦੂਜਾ ਸਵਾਲ ਉਛਿਆ ਹੋਇਆ ਹੈ ਜੂਆ ਕਿੱਥੇ ਅਤੇ ਕਿਉਂ ਪਏ ਜਾਂਦੀਆਂ ਹਨ ਜੂਆ ਕਿੱਥੇ ਅਤੇ ਕਿਉਂ ਪਏ ਜਾਂਦੀਆਂ ਹਨ ਹਾਂਜੀ ਇਸ ਦਾ ਉੱਤਰ ਹੈ ਜੀ ਜੂਆ ਮਨੁੱਖ ਦੇ ਸਿਰ ਅਤੇ ਸਰੀਰ ਤੇ ਹੋ ਜਾਂਦੀਆਂ ਹਨ ਸਿਰ ਦੀਆਂ ਜੂਆ ਸਿਰ ਦੇ ਵਾਲਾਂ ਵਿੱਚ ਰਹਿੰਦੀਆਂ ਹਨ ਇਹ ਇੱਥੇ ਆਂਡੇ ਦਿੰਦੀਆਂ ਹਨ ਜਿਨ੍ਹਾਂ ਨੂੰ ਲੀਖ ਕਹਿੰਦੇ ਹਨ ਦੂਜੀ ਪ੍ਰਕਾਰ ਦੀਆਂ ਜੂਆ ਗੰਦੇ ਕੱਪੜਿਆਂ ਤੇ ਸਰੀਰ ਦੀ ਚਮੜੀ ਤੇ ਰਹਿੰਦੀਆਂ ਹਨ ਜੂਆ ਬੜੀ ਆਸਾਨੀ ਨਾਲ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਪਹੁੰਚ ਜਾਂਦੀਆਂ ਹਨ ਜੂਆਂ ਗੰਦੀਆਂ ਹੁੰਦੀਆਂ ਹਨ ਇਹਨਾਂ ਨਾਲ ਟਾਈਫਸ ਬੁਖਾਰ ਅਤੇ ਚਮੜੀ ਦੇ ਰੋਗ ਹੋ ਜਾਂਦੇ ਹਨ ਜੂਆਂ ਦੀ ਰੋਕਥਾਮ ਲਈ ਹੇਠ ਲਿਖੇ ਉਪਾਅ ਕੀਤੇ ਜਾ ਸਕਦੇ ਹਨ ਜੂਆਂ ਦੀ ਰੋਕਥਾਮ ਲਈ ਹੇਠ ਲਿਖੇ ਉਪਾਅ ਕੀਤੇ ਜਾ ਸਕਦੇ ਹਨ ਨੰਬਰ 1 ਜੂਂ ਦੇ ਮਿਲਦੇ ਹੀ ਉਸ ਨੂੰ ਮਾਰ ਦੇਣਾ ਚਾਹੀਦਾ ਹੈ ਨੰਬਰ 2 ਮੈਲੇ ਕਪੜਿਆਂ ਨੂੰ ਉਬਲਦੇ ਪਾਣੀ ਵਿੱਚ ਪਾ ਕੇ ਧੋਣਾ ਚਾਹੀਦਾ ਹੈ। ਨੰਬਰ 3 ਬਿਸਤਰੇ ਦੀਆਂ ਚਾਦਰਾਂ ਦੀ ਸਫਾਈ ਰੱਖਣੀ ਵੀ ਜ਼ਰੂਰੀ ਹੈ। ਬਿਸਤਰੇ ਦੀਆਂ ਚਾਦਰਾਂ ਦੀ ਸਫਾਈ ਰੱਖਣੀ ਵੀ ਜ਼ਰੂਰੀ ਹੈ। ਨੰਬਰ 4 ਨਾਰੀਅਲ ਦੇ ਤੇਲ ਵਿੱਚ ਮੁਸ਼ਕ ਕਪੂਰ ਪਾ ਕੇ ਸਿਰ ਵਿੱਚ ਮਲਣ ਨਾਲ ਵੀ ਜੂਹਾ ਮਰ ਜਾਂਦੀਆਂ ਹਨ। ਨਾਰੀਅਲ ਦੇ ਤੇਲ ਵਿੱਚ ਮੁਸ਼ਕ ਕਪੂਰ ਪਾ ਕੇ ਸਿਰ ਵਿੱਚ ਮੱਲਣ ਨਾਲ ਵੀ ਜੂਆਂ ਮਰ ਜਾਂਦੀਆਂ ਹਨ